ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਵਨ ਸਾਥੀਆਂ, ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ, ਪੁਸਤਕ ਪੂਰਨ ਸੋਈ ਸੰਤ ਲੜੀਵਾਲ, ਸ੍ਰੀਨਗਰ ਵਿਖੇ। ਤਕਰੀਬਨ ਸਾਲ 1974 ਵਿੱਚ ਕਰਨਲ ਸਰਵਣ ਸਿੰਘ ਦੀ ਪੋਸਟਿੰਗ ਸ੍ਰੀਨਗਰ ਵਿਖੇ ਸੀ। ਭੈਣ ਜੀ ਪਾਸ਼ ਵੀ ਕਰਨਲ ਸਾਹਿਬ ਦੇ ਨਾਲ ਸ੍ਰੀਨਗਰ ਵਿਖੇ ਹੀ ਰਹਿੰਦੇ ਸਨ। ਬਾਬਾ ਜੀ ਵੀ ਸ੍ਰੀਨਗਰ ਵਿਖੇ ਆਉਂਦੇ ਸਨ ਅਤੇ ਕੁਝ ਦਿਨ ਇੱਥੇ ਭੈਣ ਜੀ ਹੋਰਾਂ ਦੇ ਕੋਲ ਠਹਿਰਦੇ ਸਨ। ਸਵੇਰੇ ਸ਼ਾਮ ਸਤਸੰਗ ਹੁੰਦਾ ਸੀ ਅਤੇ ਆਸ ਪਾਸ ਦੇ ਹੋਰ ਸਿੱਖ ਪਰਿਵਾਰ ਵੀ ਸਤਸੰਗ ਵਿੱਚ ਹਾਜ਼ਰੀ ਭਰਨ ਲੱਗ ਪਏ ਸਨ। ਕਰਨਲ ਬਲਦੇਵ ਸਿੰਘ ਦੀ ਵੀ ਬਾਬਾ ਜੀ 'ਤੇ ਬਹੁਤ ਸ਼ਰਧਾ ਬਣ ਗਈ ਸੀ ਅਤੇ ਉਹ ਵੀ ਸਤਸੰਗ ਵਿੱਚ ਹਾਜ਼ਰੀ ਜ਼ਰੂਰ ਭਰਦੇ ਸਨ। ਹੋਰ ਵੀ ਆਸ ਪਾਸ ਦੇ ਪਰਿਵਾਰ ਬਾਬਾ ਜੀ ਦੇ ਦਰਸ਼ਨ ਕਰਨ ਲਈ ਆ ਜਾਂਦੇ ਸਨ। ਬੜਾ ਆਨੰਦਮਈ ਸਤਸੰਗ ਹੁੰਦਾ ਸੀ। ਐਸਾ ਹੀ ਇੱਥੇ ਸ੍ਰੀਨਗਰ ਵਿਖੇ ਇੱਕ ਬੜੀ ਸ਼ਰਧਾ ਵਾਲਾ ਪਰਿਵਾਰ ਰਹਿੰਦਾ ਸੀ। ਇਸ ਪਰਿਵਾਰ ਨੇ ਬਾਬਾ ਜੀ ਦੀ ਬਹੁਤ ਸੰਗਤ ਕੀਤੀ। ਸਬਰ ਸੰਤੋਖ ਵਿੱਚ ਰਹਿੰਦੇ ਹੋਏ ਬਹੁਤ ਬਖਸ਼ਿਸ਼ਾਂ ਬਾਬਾ ਜੀ ਦੇ ਕੋਲੋਂ ਪ੍ਰਾਪਤ ਕੀਤੀਆਂ। ਇਸ ਪਰਿਵਾਰ ਨੇ ਜੋ ਵੀ ਬਾਬਾ ਜੀ ਦੇ ਜੀਵਨ ਵਿੱਚੋਂ ਪ੍ਰਾਪਤੀਆਂ ਕੀਤੀਆਂ, ਉਹਨਾਂ ਨੇ ਆਪਣੀ ਹੀ ਕਲਮ ਤੋਂ ਲਿਖ ਕੇ ਦਾਸਰਿਆਂ ਨੂੰ ਖਰੜਾ ਦਿੱਤਾ। ਅਸੀਂ ਰਿਣੀ ਹਾਂ ਇਸ ਪਰਿਵਾਰ ਦੇ, ਜਿਨ੍ਹਾਂ ਨੇ ਬਾਬਾ ਜੀ ਦੇ ਜੀਵਨ ਦੇ ਅਣਮੁੱਲੇ ਵਚਨ ਸਭ ਸੰਗਤ ਨਾਲ ਸਾਂਝੇ ਕੀਤੇ ਹਨ। ਕੁਝ ਕੁ ਗੌਤਕ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਉਹ ਕੁੱਲੀ ਵਾਲਿਆਂ ਦੀਆਂ ਮਿਹਰਾਂ ਦੇ ਪਾਤਰ ਇੱਕ ਪਰਿਵਾਰ ਵੱਲੋਂ ਉਹਨਾਂ ਦੀ ਆਪਣੀ ਕਲਮ ਤੋਂ ਪਹਿਲੀ ਮੁਲਾਕਾਤ। ਪੁਰਬ ਕਰਮ ਅੰਕੁਰ ਜਪ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ। ਸਾਲ 1974-75 ਦੀ ਗੱਲ ਹੈ, ਜਦੋਂ ਮੇਰਾ ਪਰਿਵਾਰ ਸਰਕਾਰੀ ਨੌਕਰੀ ਸਮੇਂ ਸ੍ਰੀਨਗਰ ਜੰਮੂ ਕਸ਼ਮੀਰ ਵਿਖੇ ਰਹਿੰਦਾ ਸੀ। ਇੱਕ ਦਿਨ ਸ਼ਾਮੀ ਮੈਂ ਆਪਣੇ ਘਰੋਂ ਸੈਰ ਕਰਨ ਲਈ ਦਰਿਆ ਜਹਿਲਮ ਦੇ ਕਿਨਾਰੇ ਨਿਕਲਿਆ। ਘਰੋਂ ਨਿਕਲਦੇ ਹੀ ਮੈਨੂੰ ਮਹਾਂਪੁਰਖਾਂ ਦੇ ਦਰਸ਼ਨ ਹੋਏ। ਬਾਬਾ ਜੀ ਦੇ ਨਾਲ ਕੁਝ ਸੰਗਤ ਵੀ ਸੀ। ਬਾਬਾ ਜੀ ਨੂੰ ਫਤਿਹ ਬੁਲਾ ਕੇ ਮੈਂ ਵੀ ਉਹਨਾਂ ਦੇ ਪਿੱਛੇ ਪਿੱਛੇ ਤੁਰ ਪਿਆ। ਥੋੜ੍ਹੀ ਦੂਰ ਜਾ ਕੇ ਬਾਬਾ ਜੀ ਨੇ ਵਾਪਸ ਮੋੜੇ ਪਾ ਲਏ, ਮੈਂ ਵੀ ਵਾਪਸ ਉਹਨਾਂ ਦੇ ਪਿੱਛੇ ਤੁਰੀ ਗਿਆ। ਬਾਬਾ ਜੀ ਆਪਣੇ ਉਤਾਰੇ ਵਾਲੇ ਅਸਥਾਨ ਰੈਜ਼ੀਡੈਂਸ ਉੱਪਰ ਪਹੁੰਚ ਗਏ ਤਾਂ ਮੈਂ ਦੇਖਿਆ ਕਿ ਉਹ ਤਾਂ ਮੇਜਰ SS ਮਾਨਸਾ ਮਗਰੋਂ ਕਰਨਲ ਦਾ ਘਰ ਹੈ, ਜਿਨ੍ਹਾਂ ਨੂੰ ਮੈਂ ਜਾਣਦਾ ਸੀ। ਉਹ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਦੱਸਿਆ ਹੀ ਨਹੀਂ ਕਿ ਬਾਬਾ ਜੀ ਤੁਹਾਡੇ ਘਰ ਆਏ ਹੋਏ ਹਨ। ਉਹ ਬਾਬਾ ਜੀ ਦੇ ਬਹੁਤ ਹੀ ਨਿਕਟਵਰਤੀ ਸਨ ਅਤੇ ਬਾਬਾ ਜੀ ਦੀ ਉਹਨਾਂ ਉੱਪਰ ਅਪਾਰ ਕਿਰਪਾ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਪਤਾ ਨਹੀਂ ਸੀ ਕਿ ਤੁਸੀਂ ਸੰਤਾਂ ਦੀ ਸੰਗਤ ਦੇ ਚਾਹਵਾਨ ਹੋ। ਬਾਬਾ ਜੀ ਨੇ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਅਤੇ ਪਾਠ ਦੇ ਉਪਰੰਤ ਮੈਂ ਉੱਥੇ ਹੀ ਰਾਤ ਦਾ ਪ੍ਰਸ਼ਾਦਾ ਸੰਗਤ ਵਿੱਚ ਬੈਠ ਕੇ ਛਕ ਲਿਆ, ਪਰ ਮੈਂ ਡਰਦੇ ਹੋਏ ਨੇ ਬਾਬਾ ਜੀ ਦੇ ਨਾਲ ਕੋਈ ਵਚਨ ਨਹੀਂ ਕੀਤਾ। ਅਗਲੇ ਦਿਨ ਤਕਰੀਬਨ ਉਸੇ ਵੇਲੇ ਮੈਂ ਫਿਰ ਜੇਹਲਮ ਦਰਿਆ ਦੇ ਕਿਨਾਰੇ ਸੈਰ ਲਈ ਨਿਕਲਿਆ। ਮਨ ਵਿੱਚ ਆਸ ਸੀ ਕਿ ਅੱਜ ਸ਼ਾਇਦ ਫਿਰ ਬਾਬਾ ਜੀ ਦੇ ਦਰਸ਼ਨ ਹੋ ਜਾਣ। ਚੰਗੇ ਭਾਗਾਂ ਨਾਲ ਅਗਲੇ ਦਿਨ ਵੀ ਬਾਬਾ ਜੀ ਦੇ ਦਰਸ਼ਨ ਸੰਗਤ ਸਮੇਤ ਹੋ ਗਏ। ਭਾਗ ਹੋਆ ਗੁਰਸੰਤ ਮਿਲਾਇਆ, ਮੈਂ ਫਿਰ ਉਹਨਾਂ ਦੇ ਪਿੱਛੇ ਪਿੱਛੇ ਚੁੱਪ ਚਾਪ ਤੁਰ ਪਿਆ। ਬਾਬਾ ਜੀ ਪਹਿਲੇ ਦਿਨ ਦੀ ਤਰ੍ਹਾਂ ਥੋੜ੍ਹੀ ਦੂਰੀ 'ਤੇ ਜਾ ਕੇ ਫਿਰ ਆਪਣੇ ਉਤਾਰੇ ਵਾਲੀ ਜਗ੍ਹਾ ਮੇਜਰ SS ਮਾਨ ਦੇ ਘਰ ਵੱਲ ਵਾਪਸ ਮੁੜ ਪਏ। ਮੈਂ ਮਨ ਵਿੱਚ ਸੋਚ ਰਿਹਾ ਸਾਂ ਕਿ ਬਾਬਾ ਜੀ ਨੂੰ ਕਿਵੇਂ ਆਖਾਂ ਕਿ ਸਾਡਾ ਘਰ ਰਾਹ ਵਿੱਚ ਹੀ ਹੈ, ਚਰਨ ਪਾ ਦਿਓ। ਬਾਬਾ ਜੀ ਜਦੋਂ ਮੇਰੇ ਘਰ ਦੇ ਬਿਲਕੁਲ ਸਾਹਮਣੇ ਦਰਿਆ ਦੇ ਕਿਨਾਰੇ ਆਏ ਤਾਂ ਮੈਂ ਇੱਕ ਸੇਵਕ ਨੂੰ ਕਿਹਾ, ਜੀ ਮੈਂ ਇੱਥੇ ਰਹਿੰਦਾ ਹਾਂ। ਬਾਬਾ ਜੀ ਨੇ ਮਿਹਰ ਦੀ ਨਿਗਾਹ ਮੇਰੇ ਵੱਲ ਕਰਕੇ ਪੁੱਛਿਆ, ਇੱਥੇ ਰਹਿੰਦੇ ਹੋ? ਮੈਂ ਹੱਥ ਜੋੜ ਕੇ ਹਾਂ ਵਿੱਚ ਸਿਰ ਝੁਕਾਇਆ ਅਤੇ ਜਲਦੀ ਨਾਲ ਘਰ ਦਾ ਦਰਵਾਜ਼ਾ ਖੋਲ੍ਹ ਦਿੱਤਾ। ਬਾਬਾ ਜੀ ਇੰਨੇ ਕਿਰਪਾਲੂ ਹੋਏ, ਸਾਰੀ ਸੰਗਤ ਸਮੇਤ ਘਰ ਦੇ ਲੌਂਗ ਵਿੱਚ ਆ ਗਏ। ਮੈਂ ਭੱਜ ਕੇ ਕੁਰਸੀਆਂ ਵਗੈਰਾ ਲਿਆਂਦੀਆਂ। ਬਾਬਾ ਜੀ ਕੁਰਸੀ ਉੱਪਰ ਬੈਠ ਕੇ ਬਾਕੀ ਸਾਰੀ ਸੰਗਤ ਅਤੇ ਮੈਂ ਹਰੇ ਘਾਹ ਦੀ ਫਰਸ਼ ਉੱਪਰ ਬੈਠ ਗਏ। ਮੈਂ ਬਾਬਾ ਜੀ ਦੀ ਸੁਚਮ ਨੂੰ ਧਿਆਨ ਵਿੱਚ ਰੱਖਦੇ ਛਕਣ ਛਕਾਉਣ ਉੱਪਰ ਜ਼ੋਰ ਨਹੀਂ ਦਿੱਤਾ। ਬਾਬਾ ਜੀ ਥੋੜ੍ਹੀ ਦੇਰ ਬੈਠ ਕੇ ਆਪਣੇ ਨਿਵਾਸ ਵੱਲ ਚੱਲ ਪਏ। ਮੈਂ ਵੀ ਸੰਗਤ ਦੇ ਮਗਰ ਉਹਨਾਂ ਦੇ ਉਤਾਰੇ ਵਾਲੇ ਘਰ ਚਲਾ ਗਿਆ। ਉੱਥੇ ਪਹੁੰਚ ਕੇ ਉਹਨਾਂ ਨੇ ਪਹਿਲਾ ਵਚਨ ਜੀਤ ਭੈਣ ਜੀ ਮਿਸਜ ਮਾਨ, ਇਹ ਵਡਭਾਗੀ ਰੂਪ ਬਾਬਾ ਜੀ ਦੀ ਪਿਛਲੇ ਜਨਮ ਦੀ ਸਪੁੱਤਰੀ ਹੈ, ਇਹ ਮੈਨੂੰ ਬਾਅਦ ਵਿੱਚ ਸਮੇਂ ਅਨੁਸਾਰ ਪਤਾ ਲੱਗਾ। ਨੂੰ ਕਿਹਾ, ਪੁੱਤਰਾ
ਜਾਂ ਤਾਂ ਤੂੰ ਇਹਨਾਂ ਨੂੰ ਮੇਰੇ ਵੱਲ ਇਸ਼ਾਰਾ ਕਰਕੇ ਇੱਥੇ ਨੇੜੇ ਲੈ ਆ, ਨਹੀਂ ਤਾਂ ਅਗਲੇ ਸਾਲ ਤੋਂ ਅਸੀਂ ਇਹਨਾਂ ਦੇ ਘਰ ਉਤਾਰਾ ਕਰਾਂਗੇ, ਤੁਸੀਂ ਉੱਥੇ ਕਰ ਲੈ ਲਓ। ਮੈਂ ਤਾਂ ਬਾਬਾ ਜੀ ਦੇ ਬਚਨ ਸੁਣ ਕੇ ਅਚੰਭਤ ਹੀ ਹੋ ਗਿਆ ਅਤੇ ਮਨ ਵਿੱਚ ਬਾਬਾ ਜੀ ਨੂੰ ਵਾਰ ਵਾਰ ਨਮਸਕਾਰਿਆ, ਜਿਉਂ ਬਚਨ ਵੀ ਹੈ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮੈਂ ਅੱਜ ਫਿਰ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਜੀਤ ਭੈਣ ਜੀ ਦੇ ਘਰ ਹੀ ਸੰਗਤ ਨਾਲ ਪ੍ਰਸ਼ਾਦਾ ਛਕਿਆ। ਅੱਜ ਮੈਨੂੰ ਮਹਿਸੂਸ ਹੋਇਆ ਕਿ ਬਾਬਾ ਜੀ ਨੇ ਸਾਨੂੰ ਪਾਪੀਆਂ ਨੂੰ ਵੀ ਆਪਣੀ ਛਤਰ ਛਾਇਆ ਹੇਠ ਅੰਗੀਕਾਰ ਕਰ ਲਿਆ ਹੈ। ਅੱਜ ਤੁਰਨ ਤੋਂ ਪਹਿਲਾਂ ਮੈਂ ਡਰਦੇ ਡਰਦੇ ਨੇ ਬਾਬਾ ਜੀ ਨੂੰ ਨਮਸਕਾਰ ਕਰਨੀ ਚਾਹੀ, ਹੁਕਮ ਹੋਇਆ ਫਤਿਹ ਬੁਲਾਈ ਦੀ ਹੈ। ਮੈਂ ਫਤਿਹ ਬੁਲਾ ਕੇ ਵਿਦਾਇਗੀ ਲਈ। ਇਸ ਉਪਰੰਤ ਬਾਬਾ ਜੀ ਜਿੰਨੀ ਦੇਰ ਮੇਜਰ SS ਮਾਨ ਸਾਹਿਬ ਦੇ ਘਰ ਰਹੇ, ਉਹਨਾਂ ਦੀ ਕਿਰਪਾ ਨਾਲ ਉਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। ਦੇਵ ਨੇ ਬਾਬਾ ਜੀ ਦੇ ਜਾਣ ਮਗਰੋਂ ਜਿਸ ਘਰ ਵਿੱਚ ਮੈਂ ਰਹਿੰਦਾ ਸੀ ਉਸ ਦੀ ਉੱਪਰਲੀ ਮੰਜ਼ਿਲ ਖਾਲੀ ਹੋ ਗਈ। ਮੈਂ ਜੀਤ ਭੈਣ ਜੀ ਨੂੰ ਬਾਬਾ ਜੀ ਦੇ ਬਚਨ ਤੁਸੀਂ ਆਪਣੀ ਰਿਹਾਇਸ਼ ਇਹਨਾਂ ਕੋਲ ਬਦਲ ਲਓ ਯਾਦ ਕਰਵਾਏ। ਭੈਣ ਜੀ ਨੇ ਉੱਪਰਲੀ ਮੰਜ਼ਿਲ ਕਿਰਾਏ 'ਤੇ ਲੈ ਲਈ ਅਤੇ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਦੋਨੋਂ ਪਰਿਵਾਰ ਇੱਕੋ ਘਰ ਵਿੱਚ ਇਕੱਠੇ ਹੋ ਗਏ। ਇਸ ਤਰ੍ਹਾਂ ਬਾਬਾ ਜੀ ਬਾਰੇ ਉਹਨਾਂ ਦੀ ਮਹਾਨਤਾ ਅਤੇ ਆਤਮਿਕ ਪ੍ਰਾਪਤੀਆਂ ਪ੍ਰਤੀ ਭੈਣ ਜੀ ਦੇ ਪਾਸੋਂ ਹਰ ਰੋਜ਼ ਬਚਨ ਸੁਣਨ ਦਾ ਸੁਭਾਗ ਬਾਬਾ ਜੀ ਨੇ ਆਪ ਹੀ ਬਖਸ਼ ਦਿੱਤਾ। ਇਹ ਹੈ ਪਿਛੋਕੜ ਬਾਬਾ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਦੂਸਰਾ ਸਾਲ। ਬਾਬਾ ਜੀ ਸਾਲ ਵਿੱਚ ਇੱਕ ਮਹੀਨਾ ਡੇਰੇ ਤੋਂ ਛੁੱਟੀ ਲੈ ਕੇ ਆਪਣੀ ਸੰਗਤ ਨੂੰ ਮਿਲਣ ਲਈ ਆਉਂਦੇ ਸਨ। ਅਗਲੇ ਸਾਲ ਬਾਬਾ ਜੀ ਸੰਗਤ ਦੇ ਨਾਲ ਫਿਰ ਸ੍ਰੀਨਗਰ ਪਧਾਰੇ ਅਤੇ ਅਸੀਂ ਦੋਨਾਂ ਪਰਿਵਾਰਾਂ ਨੇ ਉਹਨਾਂ ਦਾ ਉਤਾਰਾ ਸਾਡੇ ਘਰ ਦੀ ਹੇਠਲੀ ਮੰਜ਼ਲ ਦੇ ਇੱਕ ਕਮਰੇ ਵਿੱਚ ਕੀਤਾ। ਇੱਥੇ ਮੈਂ ਬਾਬਾ ਜੀ ਦੀ ਨਿੱਤ ਦੀ ਕਿਰਿਆ ਲਿਖਣ ਦਾ ਯਤਨ ਕਰਦਾ ਹਾਂ। ਭਾਵੇਂ ਮਹਾਂਪੁਰਖ ਤਾਂ 24 ਘੰਟੇ ਸਵਾਸ ਵਾਸ ਨਾਲ ਕਾਰ ਨਾਲ ਜੁੜੇ ਰਹਿੰਦੇ ਹਨ, ਸਾਸ ਸਾਸ ਨਿਮਕ ਨਿਮਕ ਦਿਨ ਸਰੈਮ ਜੀ ਤਾਰੇ, ਪਰ ਸਰੀਰਕ ਰੂਪ ਵਿੱਚ ਬਾਬਾ ਜੀ ਨਿੱਤ 2 ਵਜੇ ਉੱਠ ਕੇ ਇਸ਼ਨਾਨ ਕਰਦੇ ਸਨ ਅਤੇ ਉਸ ਤੋਂ ਉਪਰੰਤ ਆਪਣੇ ਕਮਰੇ ਦਾ ਅੰਦਰੋਂ ਕੁੰਡਾ ਮਾਰ ਲੈਂਦੇ ਸਨ ਅਤੇ 4 ਵਜੇ ਤੋਂ ਮਗਰੋਂ ਹੀ ਕੁੰਡਾ ਖੋਲ੍ਹਦੇ ਸਨ। ਇਸ ਸਮੇਂ ਉਹ ਆਪਣੇ ਸਹੁ ਨਾਲ ਇੱਕਮਿਕ ਰਹਿੰਦੇ ਸਨ। ਜੀਤ ਭੈਣ ਜੀ ਨੇ ਘਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਪਿਤਾ ਜੀ, ਉਹ ਬਾਬਾ ਜੀ ਨੂੰ ਪਿਤਾ ਜੀ ਕਹਿ ਕੇ ਸੰਬੋਧਨ ਕਰਦੇ ਸੀ, ਨੇ ਇਹ ਸਰੂਪ ਉਹਨਾਂ ਨੂੰ ਆਨੰਦ ਕਾਰਜ ਵੇਲੇ ਦਾਜ ਵਜੋਂ ਦਿੱਤਾ ਸੀ। ਸਾਰੀ ਸੰਗਤ ਇਸ਼ਨਾਨ ਕਰਕੇ ਮਹਾਰਾਜ ਜੀ ਦੇ ਪ੍ਰਕਾਸ਼ ਵਾਲੇ ਕਮਰੇ ਵਿੱਚ ਚਲੀ ਜਾਂਦੀ ਅਤੇ ਸੰਗਤੀ ਰੂਪ ਵਿੱਚ ਨਿਤਨੇਮ ਦੀਆਂ 5 ਬਾਣੀਆਂ ਦਾ ਪਾਠ ਕਰਦੀ। ਬਾਬਾ ਜੀ ਵੀ ਆ ਕੇ ਸੰਗਤ ਵਿੱਚ ਬਰਾਜ ਜਾਂਦੇ ਅਤੇ ਨਿਤਨੇਮ ਦੀ ਸਮਾਪਤੀ ਤੋਂ ਉਪਰੰਤ ਅਰਦਾਸ ਹੁੰਦੀ ਅਤੇ ਗ੍ਰਾਹ ਪ੍ਰਸ਼ਾਦ ਦੀ ਦੇਗ ਵਰਤਦੀ। ਬਾਬਾ ਜੀ ਫਿਰ ਨੀਚੇ ਆ ਜਾਂਦੇ। ਬਾਬਾ ਜੀ ਜਿੰਨੀ ਦੇਰ ਸ੍ਰੀਨਗਰ ਰਹਿੰਦੇ ਇਹ ਕਿਰਿਆ ਬਗੈਰ ਕਿਸੇ ਵਿਘਨ ਤੋਂ ਨਿਤਾ ਪ੍ਰਤੀ ਚੱਲਦੀ ਸੀ। ਬਾਬਾ ਜੀ ਦੇ ਸੰਗਤ ਵਿੱਚ ਹੋਣ ਨਾਲ ਨਿਤਨੇਮ ਦਾ ਆਨੰਦ ਅਗਿਆ ਹੀ ਹੈ। ਜੋ ਆਨੰਦ ਇਕਾਗਰਤਾ ਦੇ ਬਾਣੀ ਦਾ ਰਸ ਆਉਂਦਾ ਸੀ ਉਹ ਲਿਖਣ ਤੋਂ ਅਸਮਰੱਥ ਹਾਂ। ਜੋ ਬਚਨ ਵੀ ਹੈ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਬਾਬਾ ਜੀ ਜਿੰਨੀ ਦੇਰ ਸ੍ਰੀਨਗਰ ਰਹਿੰਦੇ ਸਾਰਾ ਦਿਨ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਹੀ ਰਹਿੰਦੀਆਂ ਸਨ ਅਤੇ ਬਾਬਾ ਜੀ ਹਰ ਕੀਆਂ ਬਾਤਾਂ ਕਰਕੇ ਸੰਗਤ ਨੂੰ ਉਪਦੇਸ਼ ਕਰਦੇ ਸਨ। ਬਾਬਾ ਜੀ ਕਦੀ ਵੀ ਦੁਨਿਆਵੀ ਗੱਲਾਂ ਨਹੀਂ ਕਰਦੇ ਸਨ। ਬਾਬਾ ਜੀ ਇੰਨੇ ਦਿਆਲੂ ਸਨ ਕਿ ਰਸੋਈ ਵਿੱਚ ਮੇਰੇ ਜੀਵਨ ਸਾਥੀ ਅਤੇ ਜੀਤ ਭੈਣ ਜੀ ਦੀ ਸਹਾਇਤਾ ਵੀ ਕਰ ਦਿੰਦੇ ਸਨ। ਬਾਬਾ ਜੀ ਦਾਲ ਸਬਜ਼ੀ ਬਹੁਤ ਹੀ ਸਵਾਦ ਬਣਾਉਂਦੇ ਸਨ ਅਤੇ ਰਲੀਆਂ ਮਿਲੀਆਂ ਦਾਲਾਂ ਨੂੰ ਖੀਰ ਕਹਿੰਦੇ ਸਨ। ਬਾਬਾ ਜੀ ਲੰਗਰ ਬਣਾਉਣ ਸਮੇਂ ਬਚਨ ਬਹੁਤ ਘੱਟ ਕਰਦੇ ਸਨ। ਇੱਕ ਦੋ ਵਰਣਨ ਜੋ ਘਟਨਾਵਾਂ। ਪਹਿਲੀ ਘਟਨਾ, ਜਿਹੜੇ ਘਰ ਮੈਂ ਰਹਿੰਦਾ ਸੀ ਉਸਦਾ ਮਾਲਕ ਮੁਸਲਮਾਨ ਸੀ ਅਤੇ ਅੱਲਾਹ ਪਾਕ ਦਾ ਮੁਰੀਦ ਸੀ। ਉਹ ਬਾਬਾ ਜੀ ਦੇ ਦਰਸ਼ਨ ਨਿੱਤ ਸਵੇਰੇ ਸ਼ਾਮ ਕਰਦਾ ਸੀ। ਉਹਨਾਂ ਦੇ ਪਿਤਾ ਜੀ ਕਲਾਸਵਨ ਅਫਸਰ ਰਿਟਾਇਰਡ ਸਨ ਅਤੇ ਉਹ ਸਾਰੇ ਭਰਾ ਵੀ ਕਲਾਸਵਨ ਅਫਸਰ ਸਨ। ਉਹਨਾਂ ਦੀ ਇੱਕ ਭੈਣ ਸੀ ਜੋ ਘਰੋਂ ਬਹੁਤ ਅਮੀਰ ਸੀ। ਉਹਨਾਂ ਦੇ ਫਲਾਂ ਦੇ ਬਾਗ ਸਨ। ਉਹ ਮਕਾਨ ਮਾਲਕ ਇੱਕ ਦਿਨ ਬੇਨਤੀ ਕਰਕੇ ਬਾਬਾ ਜੀ ਨੂੰ ਆਪਣੀ ਭੈਣ ਦੇ ਇੱਕ ਬਾਗ ਵਿੱਚ ਲੈ ਕੇ ਗਿਆ। ਪਰਿਵਾਰ ਨੇ ਬਹੁਤ ਸੇਵਾ ਕੀਤੀ
ਬਾਬਾ ਜੀ ਨੂੰ ਤਾਜ਼ੇ ਫਲ ਤੋੜ ਕੇ ਛਕਾਏ ਅਤੇ ਨਾਲ ਫਲਾਂ ਦੀਆਂ ਪੇਟੀਆਂ ਭਰ ਕੇ ਗੱਡੀ ਵਿੱਚ ਰੱਖ ਦਿੱਤੀਆਂ। ਬਾਬਾ ਜੀ ਕਾਫੀ ਦੇਰ ਅੰਤਰ ਧਿਆਨ ਹੋ ਕੇ ਬਗੀਚੇ ਵਿੱਚ ਬੈਠੇ ਰਹੇ। ਤੁਰਨ ਵੇਲੇ ਬਾਬਾ ਜੀ ਨੇ ਸਾਡੇ ਮਕਾਨ ਮਾਲਕ, ਅਸੀਂ ਉਸਨੂੰ ਭਾਈ ਸਾਹਿਬ ਕਹਿ ਕੇ ਸੱਦਦੇ ਸੀ, ਨੂੰ ਪੁੱਛਿਆ ਕਿ ਤੁਹਾਡੀ ਭੈਣ ਦੇ ਕਿੰਨੇ ਬੱਚੇ ਹਨ। ਉਹਨਾਂ ਨੇ ਜਵਾਬ ਦਿੱਤਾ, ਜੀ ਅਭੀ ਤੱਕ ਕੋਈ ਨਹੀਂ, ਸ਼ਾਦੀ ਕੋ 8-9 ਸਾਲ ਹੋ ਗਏ ਹਨ। ਬਾਬਾ ਜੀ ਵਜਦ ਵਿੱਚ ਆ ਗਏ ਅਤੇ ਬਚਨ ਕੀਤਾ, ਭਾਈ ਸਾਹਿਬ ਅੱਲਾਹ ਤਾਲਾ ਕੇ ਘਰ ਕਿਸੇ ਚੀਜ਼ ਕੀ ਕਮੀ ਨਹੀਂ। ਆਮ ਮੁਸਲਮਾਨ ਕਰੀਮ ਤਾਂ ਮਰਦਾਂ ਸਾਹਮਣੇ ਨਹੀਂ ਆਉਂਦੀਆਂ, ਪਰ ਜਦੋਂ ਭਾਗ ਜਾਗ ਪੈਣ ਪਰਮਾਤਮਾ ਆਪ ਹੀ ਬਿੰਦ ਬਣਾ ਦਿੰਦਾ ਹੈ। ਭਾਈ ਸਾਹਿਬ ਦੀ ਭੈਣ ਘਰੋਂ ਬਾਹਰ ਆਈ ਅਤੇ ਬੁਰਕਾ ਚੁੱਕ ਕੇ ਖੜੀ ਖੜੀ ਨੇ ਦੋਰੋਂ ਹੀ ਬਾਬਾ ਜੀ ਨੂੰ ਬਹੁਤ ਅਧੀਨਗੀ ਨਾਲ ਮੁਸਲਮਾਨੀ ਤਰੀਕੇ ਵਿੱਚ ਸਿਜਦਾ ਕੀਤਾ। ਉਸ ਨੂੰ ਦੇਖ ਕੇ ਭਾਈ ਸਾਹਿਬ ਦੇ ਨੇਤਰਾਂ ਵਿੱਚੋਂ ਨੀਰ ਵਹਿ ਤੁਰਿਆ। ਬਾਬਾ ਜੀ ਕੁਝ ਛਿਣ ਖੜ੍ਹੇ ਰਹੇ ਅਤੇ ਫਿਰ ਗੱਡੀ ਵਿੱਚ ਬੈਠ ਕੇ ਵਾਪਸ ਚਾਲੇ ਪਾ ਦਿੱਤੇ। ਰਸਤੇ ਵਿੱਚ ਬਾਬਾ ਜੀ ਬਹੁਤ ਗੰਭੀਰ ਰਹੇ, ਕੋਈ ਵਚਨ ਨਹੀਂ ਕੀਤਾ, ਪਰ ਭਾਈ ਸਾਹਿਬ ਬਹੁਤ ਖੁਸ਼ ਸਨ ਅਤੇ ਕਹਿੰਦੇ ਕਿ ਬਾਬਾ ਜੀ ਕੀ ਮਿਹਰ ਹੋ ਗਈ ਹੈ। ਜਿੰਨੀ ਦੇਰ ਬਾਬਾ ਜੀ ਸਾਡੇ ਪਾਸ ਠਹਿਰੇ, ਉਨੇ ਕੁ ਸਵੇਰੇ ਸ਼ਾਮ ਬਾਬਾ ਜੀ ਦੇ ਦਰਸ਼ਨ ਕਰਨ ਆਉਂਦੇ ਰਹੇ। ਪਰਮਾਤਮਾ ਦੀ ਕਿਰਪਾ ਅਤੇ ਬਾਬਾ ਜੀ ਦੀਆਂ ਮਿਹਰਾਂ ਸਦਕਾ ਸਾਡੇ ਮਕਾਨ ਮਾਲਕ ਦੀ ਭੈਣ ਦੇ ਘਰ ਅਗਲੇ ਸਾਲ ਭੁਚੰਗੀ ਨੇ ਜਨਮ ਲਿਆ। ਉਹ ਸਾਰਾ ਪਰਿਵਾਰ ਸਾਥੋਂ ਹਮੇਸ਼ਾ ਪੁੱਛਦਾ ਸੀ ਕਿ ਬਾਬਾ ਜੀ ਅਬ ਕਬ ਆਏਗੇ, ਪਰ ਅਗਲੇ ਸਾਲ ਬਾਬਾ ਜੀ ਦੇ ਆਉਣ ਤੋਂ ਪਹਿਲਾਂ ਹੀ ਮੇਰੀ ਅਤੇ ਮੇਜਰ ਮਾਨ ਸਾਹਿਬ ਦੀਆਂ ਬਦਲੀਆਂ ਹੋਰ ਸਟੇਸ਼ਨਾਂ ਉੱਪਰ ਹੋ ਗਈਆਂ। ਪਰ ਇਹ ਪਰਿਵਾਰ ਟੈਲੀਫੋਨ 'ਤੇ ਹਮੇਸ਼ਾ ਮੇਰੇ ਰਾਹੀਂ ਬਾਬਾ ਜੀ ਨੂੰ ਆਪਣੇ ਸ਼ੁਕਰਾਨੇ ਅਤੇ ਸਜਦੇ ਭੇਜਦਾ ਰਹਿੰਦਾ ਸੀ। ਦੂਸਰੀ ਘਟਨਾ, ਬਾਬਾ ਜੀ ਨਿਤਨੇਮ ਤੋਂ ਉਪਰੰਤ ਨਾਸ਼ਤਾ ਕਰਕੇ ਸੰਗਤ ਨਾਲ ਬਚਨ ਬਲਾਸ ਕਰਦੇ ਸਨ। ਇੱਕ ਦਿਨ ਦੀ ਗੱਲ ਹੈ ਕਿ ਉਹਨਾਂ ਨੇ ਨਾਸ਼ਤਾ ਕਰਕੇ ਆਪਣੇ ਕਮਰੇ ਦਾ ਕੁੰਡਾ ਅੰਦਰੋਂ ਬੰਦ ਕਰ ਲਿਆ। 2-2.5 ਘੰਟੇ ਦਰਵਾਜ਼ਾ ਨਹੀਂ ਖੋਲ੍ਹਿਆ। ਨਾਲ ਦੀ ਸੰਗਤ ਨੇ ਦੱਸਿਆ ਕਿ ਕਿਤੇ ਕਿਤੇ ਇਸ ਤਰ੍ਹਾਂ ਹੋ ਜਾਂਦਾ ਹੈ। ਸਾਡੇ ਵਿੱਚੋਂ ਕਿਸੇ ਨੇ ਪੁੱਛਣ ਦਾ ਹੌਸਲਾ ਨਹੀਂ ਕੀਤਾ। ਸਾਡੇ ਪਾਸ ਤਕਰੀਬਨ 15-20 ਦਿਨ ਠਹਿਰ ਕੇ ਬਾਬਾ ਜੀ ਨੇ ਡਲਹੌਜੀ ਜੀਤ ਭੈਣ ਜੀ ਦੇ ਵੱਡੇ ਵੀਰ ਮਹਿੰਦਰ ਸਿੰਘ, ਜੋ ਕਿ ਉੱਥੇ ਬ੍ਰਿਗੇਡੀਅਰ ਰੈਂਕ ਦੇ ਸਟੇਸ਼ਨ ਕਮਾਂਡਰ ਸਨ, ਪਾਸ ਜਾਣ ਦਾ ਪ੍ਰੋਗਰਾਮ ਬਣਾ ਲਿਆ। ਮੇਰੇ ਵੀ ਮਨ ਵਿੱਚ ਉਮੰਗ ਉੱਠੀ ਕਿ ਮੈਂ ਵੀ ਬਾਬਾ ਜੀ ਦੇ ਨਾਲ ਡਲਹੌਜੀ ਜਾਵਾਂ ਤਾਂ ਥੋੜ੍ਹੇ ਦਿਨ ਹੋਰ ਸੰਗਤ ਪ੍ਰਾਪਤ ਹੋ ਜਾਵੇ। ਪਰ ਮੇਰੀ ਡਿਊਟੀ ਇਹੋ ਜਿਹੇ ਕੰਮ ਉੱਪਰ ਸੀ ਕਿ ਮੇਰਾ ਆਪਣਾ ਹੌਸਲਾ ਮੇਰੇ ਕਮਾਂਡਿੰਗ ਅਫਸਰ ਤੋਂ ਛੁੱਟੀ ਪੁੱਛਣ ਦਾ ਨਾ ਹੋਇਆ। ਤੁਰਨ ਤੋਂ ਇੱਕ ਦਿਨ ਪਹਿਲਾਂ ਬਾਬਾ ਜੀ ਕਹਿੰਦੇ, ਚਲੋ ਤੁਹਾਨੂੰ ਵੀ ਡਲਹੌਜੀ ਜੀਤ ਦੇ ਭਰਾ ਨੂੰ ਮਿਲਾ ਲਿਆਈਏ। ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਇਸ ਸਮੇਂ ਛੁੱਟੀ ਮਿਲਣੀ ਔਖੀ ਹੈ, ਸਾਡੀ ਸਾਲਾਨਾ ਇੰਸਪੈਕਸ਼ਨ ਦੀ ਤਰੀਕ ਨੇੜੇ ਹੈ। ਬਾਬਾ ਜੀ ਚੁੱਪ ਕਰ ਗਏ। ਮੇਰੇ ਮਨ ਵਿੱਚ ਆਇਆ ਕਿ ਬਾਬਾ ਜੀ ਨੇ ਵਚਨ ਕੀਤੇ ਹਨ, ਇਸ ਲਈ ਛੁੱਟੀ ਲਈ ਪੁੱਛ ਕੇ ਦੇਖ ਲਈਏ। ਮੈਂ ਡਰਦੇ ਡਰਦੇ ਨੇ ਆਪਣੇ ਕਮਾਂਡਿੰਗ ਅਫਸਰ ਨੂੰ ਜ਼ਰੂਰੀ ਛੁੱਟੀ ਲਈ ਬੇਨਤੀ ਕਰ ਦਿੱਤੀ। ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਉਹਨਾਂ ਨੇ ਕਿਹਾ ਕਿ ਤੂੰ ਕੁਝ ਦਿਨਾਂ ਲਈ ਜਾ ਸਕਦਾ ਹੈ। ਇਹ ਕੇਵਲ ਅਤੇ ਕੇਵਲ ਬਾਬਾ ਜੀ ਦੇ ਵਚਨਾਂ ਦੀ ਮਿਹਰ ਦਾ ਸਦਕਾ ਹੀ ਸੀ। ਵਚਨ ਵੀ ਹੈ, ਮਨ ਮੱਧੇ ਜਾਣਾ ਜੇ ਹੋਏ, ਜੋ ਬੋਲੇ ਸੋ ਆਪੇ ਹੋਏ। ਬਾਬਾ ਜੀ ਅਗਲੇ ਦਿਨ ਸੰਗਤ ਸਮੇਤ ਮਵੀ ਨਾਲ ਡਲਹੌਜੀ ਲਈ ਰਵਾਨਾ ਹੋ ਗਏ। ਸੰਗਤ ਵਿੱਚ ਜਦੋਂ ਅਸੀਂ ਜੰਮੂ ਤੋਂ ਥੋੜ੍ਹੀ ਦੂਰ ਸੀ ਤਾਂ ਬਾਬਾ ਜੀ ਨੇ ਕਿਹਾ ਕਿ ਆਪਣੇ ਇੱਕ ਕੈਪਟਨ ਸਾਹਿਬ ਦੇ ਘਰ ਹੋ ਕੇ ਚੱਲਣਾ ਹੈ। ਉਹ ਪਰਿਵਾਰ ਬਾਬਾ ਜੀ ਦਾ ਅਲਣ ਸੇਵਕ ਸੀ, ਖਾਸ ਕਰਕੇ ਕੈਪਟਨ ਸਾਹਿਬ ਦੀ ਅਰਧਾਂਗਣੀ। ਜਿਉਂ ਹੀ ਬਾਬਾ ਜੀ ਅਤੇ ਸੰਗਤ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ, ਉਹਨਾਂ ਦੀ ਖੁਸ਼ੀ ਦਾ ਪੱਧਰ ਦੇਖਦੇ ਹੀ ਬਣਦਾ ਸੀ। ਕੈਪਟਨ ਸਾਹਿਬ ਸ਼ਾਰਟ ਸਰਵਿਸ ਕਮਿਸ਼ਨ ਅਫਸਰ ਸਨ ਅਤੇ ਉਹਨਾਂ ਦਾ ਰੈਗੂਲਰ ਕਮਿਸ਼ਨ ਦਾ ਨਤੀਜਾ ਆਉਣ ਵਿੱਚ ਦੇਰ ਹੋ ਰਹੀ ਸੀ। ਉਸ ਦੇ ਘਰਵਾਲੀ ਬੀਬਾ ਦਾ ਬਾਬਾ ਜੀ ਉੱਪਰ ਅਥਾਹ ਵਿਸ਼ਵਾਸ ਸੀ। ਉਸਨੇ ਮੈਨੂੰ ਦੱਸਿਆ ਕਿ ਵੀਰ ਜੀ, ਨਤੀਜੇ ਵਿੱਚ ਦੇਰੀ ਹੋਣ ਕਾਰਨ ਮੈਂ ਬਹੁਤ ਘਬਰਾ ਗਈ ਸੀ ਕਿ ਜੇ ਨਤੀਜਾ ਨਾ ਪੱਕੀ ਹੋਇਆ ਤਾਂ ਕੀ ਬਣੇਗਾ। ਇਸ ਲਈ ਉਸਨੇ ਇੱਕ ਦਿਨ ਦੇਖ ਸਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਕਮਰੇ ਘਰੇ ਪ੍ਰਕਾਸ਼ ਦੀ ਵਿੱਚ ਜਾ ਕੇ ਵਿਰਾਗ ਵਿੱਚ ਬਹੁਤ ਬੇਨਤੀਆਂ ਕੀਤੀਆਂ ਕਿ ਬਾਬਾ ਜੀ ਸਾਡੀ ਕੋਈ ਪਹੁੰਚ ਨਹੀਂ, ਇਹਨਾਂ ਦਾ ਨਤੀਜਾ ਕਿਉਂ ਨਹੀਂ ਆ ਰਿਹਾ, ਮੈਨੂੰ ਬਹੁਤ ਡਰ ਲੱਗਦਾ ਹੈ। ਉਹਨਾਂ ਨੇ ਦੱਸਿਆ ਕਿ ਵੀਰ ਜੀ, ਮੈਂ ਅਰਦਾਸ ਕਰਕੇ ਕਮਰੇ ਵਿੱਚੋਂ ਬਾਹਰ ਆਈ ਤਾਂ ਬਾਬਾ ਜੀ ਪ੍ਰਤੱਖ ਸਾਡੇ ਘਰੇ ਆਏ ਅਤੇ ਕਹਿੰਦੇ, ਪੁੱਤਰ ਸਾਨੂੰ ਚਾਹ ਛਕਾ।
ਉਹ ਕਹਿੰਦੀ ਕਿ ਮੈਂ ਦਰਸ਼ਨ ਕਰਕੇ ਬਹੁਤ ਜ਼ਿਆਦਾ ਵਿਰਾਗ ਵਿੱਚ ਆ ਗਈ, ਮੈਥੋਂ ਆਪਣਾ ਆਪ ਸੰਭਾਲਿਆ ਨਾ ਜਾਵੇ ਅਤੇ ਮੇਰੇ ਨੈਣਾਂ ਵਿੱਚੋਂ ਨੀਰ ਦੀਆਂ ਨਦੀਆਂ ਵਹਿ ਤੁਰੀਆਂ। ਉਹਨਾਂ ਨੇ ਦੱਸਿਆ ਕਿ ਬਾਬਾ ਜੀ ਬਹੁਤ ਦੇਰ ਮੇਰੇ ਸਿਰ ਉੱਪਰ ਹੱਥ ਰੱਖ ਕੇ ਦਿਲਾਸਾ ਦੇਈ ਗਏ ਅਤੇ ਵਚਨ ਕੀਤਾ ਪੁੱਜ ਪੁੱਤ ਅੱਜ ਭਲਕੇ ਨਤੀਜਾ ਆ ਜਾਣਾ ਹੈ, ਫਿਰ ਅਸੀਂ ਤੈਥੋਂ ਗੁਰ ਦਾ ਕੜਾਹ ਛਕਾਂਗੇ ਅਤੇ ਸਾਰੀ ਸੰਗਤ ਨੂੰ ਵੀ ਛਕਾਵਾਂਗੇ, ਚੱਲ ਹੁਣ ਸਾਨੂੰ ਚਾਹ ਦਾ ਛਕਾ ਦੇ। ਉਹਨਾਂ ਨੇ ਦੱਸਿਆ ਕਿ ਵੀਰ ਜੀ ਮੈਨੂੰ ਪਤਾ ਨਹੀਂ ਕਿ ਕੀ ਹੋ ਗਿਆ ਸੀ, ਮੇਰਾ ਦਿਲ ਨਾ ਕਰੇ ਉੱਠਣ ਨੂੰ, ਕਿਉਂਕਿ ਮਨ ਵਿੱਚ ਸੀ ਕਿ ਜੇ ਮੈਂ ਉੱਠੀ ਤਾਂ ਬਾਬਾ ਜੀ ਆਪਣਾ ਹੱਥ ਮੇਰੇ ਸਿਰ ਉੱਪਰੋਂ ਚੁੱਕ ਲੈਣਗੇ। ਬਾਬਾ ਜੀ ਕਾਫ਼ੀ ਦੇਰ ਮੇਰਾ ਭਰੇ ਵਚਨ ਕਰਦੇ ਰਹੇ ਅਤੇ ਫਿਰ ਮੇਰੇ ਸਿਰ ਉੱਪਰੋਂ ਹੱਥ ਚੁੱਕ ਕੇ ਕਹਿੰਦੇ ਪੁੱਤ ਹੁਣ ਆਪਣੇ ਪਿਓ ਨੂੰ ਚਾਹ ਦਾ ਕੱਪ ਤਾਂ ਛਕਾ ਦੇ। ਉਹ ਕਹਿੰਦੀ ਕਿ ਮੈਂ ਇੱਕਦਮ ਸੰਭਲੀ ਅਤੇ ਰਸੋਈ ਵਿੱਚ ਜਾ ਕੇ ਨਾਲੇ ਰੋਈ ਜਾਵਾਂ ਨਾਲੇ ਚਾਹ ਬਣਾਈ ਜਾਵਾਂ। ਬਾਬਾ ਜੀ ਨੇ ਆਪ ਰਸੋਈ ਵਿੱਚ ਆ ਕੇ ਮੇਰਾ ਸਿਰ ਆਪਣੀ ਛਾਤੀ ਨਾਲ ਲਾ ਕੇ ਬਹੁਤ ਹੀ ਅਸੀਸਾਂ ਦਿੱਤੀਆਂ ਅਤੇ ਕਹਿੰਦੇ ਕਿ ਤੂੰ ਹੱਟ ਪਰੇ ਹੋ, ਮੈਂ ਆਪ ਹੀ ਚਾਹ ਬਣਾ ਲੈਂਦਾ ਹਾਂ। ਬਾਬਾ ਜੀ ਫਿਰ ਆਪ ਮੇਰੇ ਨਾਲ ਚਾਹ ਬਣਾਉਣ ਲੱਗ ਪਏ ਅਤੇ ਵਚਨ ਕੀਤੇ ਕਿ ਪੁੱਤ ਜੇ ਤੂੰ ਹੁਣ ਰੋਈ ਤਾਂ ਮੈਂ ਵੀ ਤੇਰੇ ਨਾਲ ਰੋਣ ਲੱਗ ਪੈਣਾ। ਉਹਨਾਂ ਨੇ ਦੱਸਿਆ ਕਿ ਬਾਬਾ ਜੀ ਦੇ ਇਹ ਵਚਨ ਸੁਣ ਕੇ ਮੈਂ ਹੱਸ ਪਈ ਅਤੇ ਮੈਨੂੰ ਨਹੀਂ ਪਤਾ ਕਿ ਕਿਵੇਂ ਮੈਂ ਬਿਲਕੁਲ ਹੌਲੀ ਫੁੱਲ ਵਰਗੀ ਹੋ ਗਈ। ਮੈਂ ਛੇਤੀ ਨਾਲ ਚਾਹ ਤਿਆਰ ਕਰਕੇ ਬਾਬਾ ਜੀ ਨੂੰ ਦਿੱਤੀ। ਬਾਬਾ ਜੀ ਚਾਹ ਛਕੀ ਗਏ ਅਤੇ ਨਾਲ ਮੇਹਰਾਂ ਦੇ ਵਚਨਾਂ ਦੀਆਂ ਝੜੀਆਂ ਲਗਾ ਦਿੱਤੀਆਂ। ਚਾਹ ਛਕ ਕੇ ਕਹਿੰਦੇ ਕਿ ਚੰਗਾ ਪੁੱਤ ਕੈਪਟਨ ਸਾਹਿਬ ਨੂੰ ਫਤਿਹ ਗਜਾਇਓ ਅਤੇ ਦੱਸਿਓ ਕਿ ਅਸੀਂ ਸਾਰੀ ਸੰਗਤ ਦੇ ਨਾਲ ਥੋੜ੍ਹੇ ਦਿਨਾਂ ਨੂੰ ਆ ਕੇ ਇੱਕ ਦਿਨ ਤੁਹਾਡੇ ਕੋਲ ਠਹਿਰਾਂਗੇ। ਇਹ ਕਹਿ ਕੇ ਬਾਬਾ ਜੀ ਵਿਦਾ ਹੋ ਗਏ। ਉਹਨਾਂ ਨੇ ਦੱਸਿਆ ਕਿ ਉਸੇ ਦਿਨ ਕੈਪਟਨ ਸਾਹਿਬ ਜਦ ਦੁਪਹਿਰ ਦੇ ਖਾਣੇ ਲਈ ਘਰ ਆਏ ਤਾਂ ਬਹੁਤ ਹੀ ਖੁਸ਼ ਸਨ ਅਤੇ ਮੈਨੂੰ ਦੇਖ ਕੇ ਹੈਰਾਨ ਹੋ ਕੇ ਪੁੱਛਣ ਲੱਗੇ ਕਿ ਕੀ ਗੱਲ, ਤੂੰ ਅੱਜ ਬਹੁਤ ਜ਼ਿਆਦਾ ਖੁਸ਼ ਲੱਗ ਰਹੀ ਹੈ। ਮੈਂ ਦੱਸਿਆ ਕਿ ਪਿਤਾ ਜੀ ਆਏ ਸਨ, ਤੁਹਾਨੂੰ ਫਤਿਹ ਗਜਾ ਕੇ ਵਚਨ ਕਰ ਗਏ ਹਨ ਕਿ ਤੁਹਾਡਾ ਨਤੀਜਾ ਜਲਦੀ ਆ ਜਾਵੇਗਾ। ਇਹ ਵਚਨ ਸੁਣਦੇ ਸਰ ਕੈਪਟਨ ਸਾਹਿਬ ਦੇ ਦੋਨੋਂ ਹੱਥ ਜੁੜ ਗਏ ਅਤੇ ਉਹਨਾਂ ਨੇ ਸਿਰ ਝੁਕਾ ਕੇ ਨਮਸਕਾਰ ਕਰਕੇ ਮੈਨੂੰ ਦੱਸਿਆ ਕਿ ਦਿੱਲੀਓਂ ਕਿਸੇ ਅਫਸਰ ਨੇ ਮੇਰੇ ਕਮਾਂਡਿੰਗ ਅਫਸਰ ਨੂੰ ਅੱਜ ਹੀ ਦੱਸਿਆ ਹੈ ਕਿ ਨਤੀਜੇ ਦੇ ਕਾਗਜ਼ ਬਣ ਗਏ ਹਨ ਅਤੇ ਮੈਨੂੰ ਰੈਗੂਲਰ ਕਮਿਸ਼ਨ ਮਿਲ ਗਿਆ ਹੈ। ਉਹ ਕਹਿੰਦੇ ਕਿ ਅਸੀਂ ਦੋਨੋਂ ਕਾਫ਼ੀ ਦੇਰ ਲਈ ਇਸੇ ਹੈਰਾਨੀਕੁਨ ਵਾਤਾਵਰਨ ਵਿੱਚ ਅਚੰਭਤ ਹੋ ਕੇ ਖੜ੍ਹੇ ਰਹੇ ਅਤੇ ਫਿਰ ਦੋਨਾਂ ਨੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਕਮਰੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤਾ। ਤੁਮ ਦਾਤੇ ਪ੍ਰਭ ਦੇਨ ਹਾਰ ਨਿਮਕ ਨਿਮਕ ਤੇ ਨਮਸਕਾਰ ਤਥਾ ਨਮਸਕਾਰ ਰੱਖਣ ਹਾਰ ਮਨ ਅਰਾਧ ਪ੍ਰਭੂ ਮੇਘ ਸੰਤ ਰੇਨ ਕਰੋ ਮਜਨ ਨਾਨਕ ਪਾਵੈ ਸੁਖ ਅਨੇਕ। ਇਹ ਬਚਨ ਸੁਣ ਕੇ ਮੈਂ ਭੈਣ ਜੀ ਨੂੰ ਪੁੱਛਿਆ ਕਿ ਇਹ ਦਰਸ਼ਨ ਤੁਹਾਨੂੰ ਕਿਸ ਦਿਨ ਹੋਏ ਸਨ। ਉਹਨਾਂ ਨੇ ਯਾਦ ਕਰਕੇ ਮੈਨੂੰ ਤਰੀਕ ਦੱਸੀ ਤਾਂ ਮੈਂ ਬਿਲਕੁਲ ਹੈਰਾਨ ਹੋ ਗਿਆ ਅਤੇ ਚੁੱਪ ਹੀ ਕਰ ਗਿਆ। ਭੈਣ ਜੀ ਨੇ ਪੁੱਛਿਆ ਕਿ ਕੀ ਗੱਲ, ਤੁਸੀਂ ਇਹ ਹੋ ਚੁੱਪ ਕਿਉਂ ਹੋ ਗਏ ਹੋ? ਮੈਂ ਚੁੱਪ ਹੀ ਹੋ ਗਿਆ ਅਤੇ ਭੈਣ ਜੀ ਨੂੰ ਕੁਝ ਨਹੀਂ ਕਹਿ ਸਕਿਆ। ਮੈਂ ਬਾਬਾ ਜੀ ਨੂੰ ਇਸ ਬਾਰੇ ਬੇਨਤੀ ਕੀਤੀ ਕਿ ਬਾਬਾ ਜੀ ਜਿਸ ਦਿਨ ਤੁਸੀਂ ਸ਼੍ਰੀਨਗਰ ਨਿਤਨੇਮ ਤੋਂ ਉਪਰੰਤ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਸੀ ਇਹ ਉਸੇ ਦਿਨ ਦੀ ਹੀ ਘਟਨਾ ਹੈ। ਬਾਬਾ ਜੀ ਸੁਣ ਕੇ ਇੱਕਦਮ ਸਖਤੀ ਨਾਲ ਮੈਨੂੰ ਕਹਿੰਦੇ ਕਿ ਬਸ ਇਹੋ ਜਿਹੇ ਬਚਨ ਕਿਸੇ ਨਾਲ ਨਹੀਂ ਕਰੀਦੇ। ਉਹਨਾਂ ਨੇ ਤਾੜਨਾ ਕੀਤੀ ਕਿ ਇਸ ਬਾਰੇ ਕੋਈ ਬਚਨ ਕਿਸੇ ਨਾਲ ਨਹੀਂ ਕਰਨਾ। ਇਸ ਸੰਬੰਧ ਵਿੱਚ ਮੈਂ ਇਹ ਬਚਨ ਬਾਬਾ ਜੀ ਦੇ ਸਰੀਰਕ ਚੋਲਾ ਤਿਆਗਣ ਤੋਂ ਬਾਅਦ ਹੀ ਕੀਤੇ ਹਨ। ਐਸੀਆਂ ਘਟਨਾਵਾਂ ਕਿ ਸਰੀਰ ਤੋਂ ਨਿਕਲ ਕੇ ਸੇਵਕਾਂ ਦੇ ਦੂਰ ਦੁਰਾਡੇ ਕਾਰਜ ਕਰਨੇ ਮਹਾਂਪੁਰਖਾਂ ਲਈ ਕੋਈ ਮੁਸ਼ਕਲ ਨਹੀਂ ਹੁੰਦਾ, ਉਹ ਸਮਰੱਥ ਹੁੰਦੇ ਹਨ। ਉਸ ਦਿਨ ਸਾਰੀ ਸੰਗਤ ਨੇ ਕੈਪਟਨ ਸਾਹਿਬ ਦੇ ਨਿਵਾਸ ਉੱਪਰ ਹੀ ਵਿਸ਼ਰਾਮ ਕੀਤਾ। ਖੂਬ ਸੰਗਤ ਸਜੀ। ਕੈਪਟਨ ਸਾਹਿਬ ਦੇ ਸੰਗੀ ਵੀ ਬਾਬਾ ਜੀ ਦੇ ਦਰਸ਼ਨਾਂ ਲਈ ਆਏ ਅਤੇ ਅਸੀਸਾਂ ਲੈ ਕੇ ਗਏ। ਜਿਉਂ ਬਚਨ ਵੀ ਹੈ, ਕਰ ਦਇਆ ਦਾਤੇ ਪੁਰਖ ਵਿਧਾਤੇ ਸੰਤ ਸੇਵ ਕਮਾਇਨ ਬਿਨਵੰਤ ਨਾਨਕ ਜਨ ਤੂਰ ਬਾਛ ਹਰ ਦਰਸ ਸਹਿਜ ਸਮਾਇਨ। ਅਗਲੇ ਦਿਨ ਅਸੀਂ ਪਠਾਨਕੋਟ ਹੁੰਦੇ ਹੋਏ ਡਲਹੌਜੀ ਲਈ ਚੱਲ ਪਏ। ਰਸਤੇ ਵਿੱਚ ਬਹੁਤ ਹੀ ਬਾਰਿਸ਼ ਸੀ। ਇੱਕ ਜਗ੍ਹਾ 'ਤੇ ਪਹਾੜੀ ਉੱਪਰੋਂ ਮਿੱਟੀ ਖੁਰ ਕੇ ਪਹਾੜੀ ਦਾ ਕਾਫ਼ੀ ਹਿੱਸਾ ਸੜਕ ਉੱਪਰ ਆ ਗਿਆ। ਸਾਡੀ ਗੱਡੀ ਉਸ ਮਲਬੇ ਵਿੱਚ ਫਸ ਗਈ। ਡਰਾਈਵਰ ਨੇ ਬਹੁਤ ਤਾਣ ਲਾਇਆ ਪਰ ਗੱਡੀ ਨਾ ਨਿਕਲੀ। ਡਰਾਈਵਰ ਕਹਿਣ ਲੱਗਿਆ ਕਿ ਸੰਗਤ ਜੀ ਉਤਰ ਕੇ ਧੱਕਾ ਲਾ ਦਿਓ। ਸਾਰੀ ਸੰਗਤ ਨੇ ਨੀਚੇ ਉਤਰ ਕੇ ਗੱਡੀ ਨੂੰ ਧੱਕਾ ਲਗਾਇਆ ਪਰ ਕਾਮਯਾਬੀ ਨਾ ਹੋਈ।
ਗੱਡੀ ਮਲਬੇ ਵਿੱਚ ਫਸੀ ਰਹੀ। ਅਚਾਨਕ ਬਾਬਾ ਜੀ ਗੱਡੀ ਵਿੱਚੋਂ ਨੀਚੇ ਉਤਰੇ। ਸਾਰੀ ਸੰਗਤ ਨੇ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਗੱਡੀ ਵਿੱਚ ਬੈਠੋ, ਪਰ ਬਾਬਾ ਜੀ ਨੇ ਬਚਨ ਕੀਤੇ ਕਿ ਚਲੋ ਆਪਾਂ ਸਾਰੇ ਰਲ ਕੇ ਧੱਕਾ ਲਗਾ ਕੇ ਦੇਖੀਏ। ਪਤਾ ਨਹੀਂ ਲੱਗਾ ਕਿ ਕਿਵੇਂ ਗੱਡੀ ਸਹਿਜੇ ਹੀ ਮਲਬੇ ਵਿੱਚੋਂ ਨਿਕਲ ਕੇ ਅੱਗੇ ਚੱਲ ਪਈ। ਇਹ ਕੋਈ ਗੈਬੀ ਸ਼ਕਤੀ ਸੀ ਜਿਸ ਨੇ ਬਾਬਾ ਜੀ ਦੇ ਹੱਥ ਲੱਗਦੇ ਹੀ ਗੱਡੀ ਮਲਬੇ ਵਿੱਚੋਂ ਕੱਢ ਦਿੱਤੀ ਅਤੇ ਸਾਰੇ ਸਹੀ ਸਲਾਮਤ ਮੰਜ਼ਿਲ ਉੱਪਰ ਪਹੁੰਚ ਗਏ। ਰਿੰਕੂ ਬਾਰੇ ਪਰਿਵਾਰ ਵਿੱਚ ਸਾਡੀ ਇੱਕੋ ਇੱਕ ਬੱਚੀ ਸੀ, ਉਹ ਕੋਈ ਵਿਸ਼ੇਸ਼ ਰੂਹ ਸੀ। ਉਸ ਦੀਆਂ ਗੱਲਾਂ ਆਪਣੀ ਉਮਰ ਤੋਂ ਤਕਰੀਬਨ 10-12 ਸਾਲ ਵੱਡੀ ਉਮਰ ਦੇ ਬੱਚਿਆਂ ਵਰਗੀਆਂ ਸਨ। ਡਾਕਟਰਾਂ ਦੇ ਦੱਸਣ ਅਨੁਸਾਰ ਉਹ ਦਿਮਾਗੀ ਪੱਖੋਂ ਆਪਣੀ ਜਿਸਮਾਨੀ ਉਮਰ ਨਾਲੋਂ 10-12 ਸਾਲ ਵੱਡੀ ਸੀ। ਉਸ ਦਾ ਬਾਬਾ ਜੀ ਦੇ ਨਾਲ ਬਹੁਤ ਪਿਆਰ ਸੀ। ਬਾਬਾ ਜੀ ਜਦੋਂ ਵੀ ਘਰੇ ਚਰਨ ਪਾਉਂਦੇ, ਜਿੰਨੇ ਦਿਨ ਰਹਿੰਦੇ, ਉਹ ਬਹੁਤ ਸਮਾਂ ਬਾਬਾ ਜੀ ਵਾਲੇ ਕਮਰੇ ਵਿੱਚ ਹੀ ਰਹਿੰਦੀ, ਪਰ ਕਦੇ ਵੀ ਬੇਅਦਬੀ ਵਾਲਾ ਕੋਈ ਕੰਮ ਨਹੀਂ ਸੀ ਕਰਦੀ। ਮੈਨੂੰ ਯਾਦ ਹੈ ਕਿ ਇੱਕ ਵਾਰ ਬਾਬਾ ਜੀ ਸਾਡੇ ਕੋਲ ਦਿੱਲੀ ਆਏ। ਉਸ ਦੀ ਉਮਰ ਉਸ ਵਕਤ 5 ਸਾਲ ਦੀ ਸੀ। ਉਹ ਬਾਬਾ ਜੀ ਦੀ ਗੋਦੀ ਵਿੱਚ ਬੈਠ ਗਈ। ਬਾਬਾ ਜੀ ਉਸਦੇ ਸਿਰ ਉੱਪਰ ਪ੍ਰੇਮ ਨਾਲ ਹੱਥ ਫੇਰੀ ਗਏ। ਮੇਰਾ ਭਾਣਜਾ ਜੋ ਹੁਣ ਫੌਜ ਵਿੱਚ ਕਰਨਲ ਹੈ, ਉਸ ਵਕਤ ਮੇਰੇ ਕੋਲ ਹੀ ਰਹਿੰਦਾ ਸੀ। ਉਸਦਾ ਨਾਮ ਲੈ ਕੇ ਬਚਨ ਕੀਤੇ, ਪੁੱਤ ਇਸ ਦੀ ਸੇਵਾ ਕਰਿਆ ਕਰੀ। ਬਾਬਾ ਜੀ ਨੂੰ ਉਸ ਬੱਚੀ ਦਾ ਭਵਿੱਖ ਨਜ਼ਰ ਆ ਰਿਹਾ ਹੋਵੇਗਾ, ਪਰ ਸਾਨੂੰ ਉਸ ਵਕਤ ਉਹਨਾਂ ਬਚਨਾਂ ਦੀ ਕੋਈ ਸਮਝ ਨਹੀਂ ਆਈ। ਸਮਾਂ ਪਾ ਕੇ ਮਗਰੋਂ ਯਾਦ ਆਉਂਦਾ ਹੈ ਕਿ ਬਾਬਾ ਜੀ ਨੇ ਆਉਣ ਵਾਲੇ ਸਮੇਂ ਵਿੱਚ ਜੋ ਵਾਪਰਨਾ ਸੀ ਉਸ ਵਕਤ ਹੀ ਦੱਸ ਦਿੱਤਾ ਸੀ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿੱਤਾ ਪਰਥਾਏ। ਸਮਾਂ ਆਉਣ ਉੱਪਰ ਵਾਕਿਆ ਹੀ ਮੇਰੇ ਭਾਂਜੇ ਨੇ ਬੱਚੀ ਜਦੋਂ ਘਾਤਕ ਬ੍ਰੇਨ ਟਿਊਮਰ ਨਾਲ ਬਿਮਾਰ ਸੀ ਤਾਂ ਉਸ ਦੀ ਬਹੁਤ ਸੇਵਾ ਕੀਤੀ। ਮੇਰੀ ਬਦਲੀ ਰਾਏ ਵਾਲਾ ਰਿਸ਼ੀਕੇਸ਼ ਨੇੜੇ ਹੋ ਗਈ। ਉਹ ਉਦੋਂ ਨਰਸਰੀ ਵਿੱਚ ਪੜ੍ਹਦੀ ਸੀ ਅਤੇ ਸਾਰੇ ਸਕੂਲ ਦੇ ਸਟਾਫ ਦੀ ਡਾਰਲਿੰਗ ਬੇਬੀ ਹਰਮਨ ਪਿਆਰੀ ਸੀ। ਇੱਕ ਦਿਨ ਅਚਾਨਕ ਡਿੱਗ ਪਈ ਅਤੇ ਇੱਕ ਪੈਰ ਉੱਪਰ ਭਾਰ ਆਉਣਾ ਬੰਦ ਹੋ ਗਿਆ। ਮੈਡੀਕਲ ਚੈੱਕਅਪ ਕਰਵਾਉਣ ਉਪਰੰਤ ਪਤਾ ਲੱਗਾ ਕਿ ਬ੍ਰੇਨ ਵਿੱਚ ਕੋਈ ਰੁਕਾਵਟ ਹੈ। ਡਾਕਟਰਾਂ ਨੇ ਉਸ ਨੂੰ ਏਮਸ ਦਿੱਲੀ ਵਿੱਚ ਰੈਫਰ ਕਰ ਦਿੱਤਾ, ਪਰ ਮੈਂ ਸਭ ਤੋਂ ਪਹਿਲਾਂ ਬੱਚੀ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਬਾਬਾ ਜੀ ਦੇ ਚਰਨਾਂ ਵਿੱਚ ਪਹੁੰਚਿਆ। ਮੈਨੂੰ ਬਾਬਾ ਜੀ ਉੱਪਰ ਏਮਸ ਨਾਲੋਂ ਜ਼ਿਆਦਾ ਭਰੋਸਾ ਸੀ। ਬਾਬਾ ਜੀ ਨੇ ਭੈਣ ਜੀ ਸੋਹੀ, ਜੋ ਬਾਬਾ ਜੀ ਦੇ ਬਹੁਤ ਹੀ ਅਣਨ ਸੇਵਕ ਅਤੇ ਸ਼ਰਧਾਲੂ ਹਨ ਅਤੇ ਨਰਸਿੰਗ ਸਿਸਟਰ ਵਜੋਂ ਗੌਰਮੈਂਟ ਕਾਲਜ ਅੰਮ੍ਰਿਤਸਰ ਸਾਹਿਬ ਵਿਖੇ ਡਿਊਟੀ ਕਰਦੇ ਸਨ, ਨੂੰ ਨਾਲ ਭੇਜ ਕੇ ਬੱਚੀ ਦੇ ਬ੍ਰੇਨ ਦੀ ਸਕੈਨਿੰਗ ਕਰਵਾਈ। ਭੈਣ ਜੀ ਸੋਹੀ ਨੇ ਦੱਸਿਆ ਕਿ ਬੱਚੀ ਦੇ ਦਿਮਾਗ ਵਿੱਚ ਟਿਊਮਰ ਹੈ, ਜੋ ਜਿੰਨੀ ਜਲਦੀ ਹੋ ਸਕੇ ਹਸਪਤਾਲ ਲੈ ਜਾਣਾ ਚਾਹੀਦਾ ਹੈ। ਬਾਬਾ ਜੀ ਨੇ ਉਸੇ ਵਕਤ ਮੈਨੂੰ ਗੱਡੀ ਵਿੱਚ ਦਿੱਲੀ ਭੇਜ ਦਿੱਤਾ। ਅਸੀਂ ਰਾਤੋ ਰਾਤ ਸਫ਼ਰ ਕਰਕੇ ਸਵੇਰੇ ਦਿੱਲੀ ਹਸਪਤਾਲ ਪਹੁੰਚ ਗਏ। ਬੱਚੀ ਦੀ ਬਿਮਾਰੀ ਕਾਰਨ ਮੇਰੇ ਉੱਪਰ ਤਾਂ ਜਿਵੇਂ ਮੁਸੀਬਤਾਂ ਦੇ ਪਹਾੜ ਹੀ ਡਿੱਗ ਪਏ। ਬੱਚੀ ਨੂੰ ਹਸਪਤਾਲ ਦਾਖਲ ਕਰਵਾ ਕੇ ਮੈਂ ਦਿੱਲੀ ਦੀ ਜਿਹੜੀ ਜਗ੍ਹਾ ਉਹ ਰਾਏ ਵਾਲਾ ਬਦਲ ਕੇ ਗਿਆ ਸੀ ਉੱਥੇ ਪਹੁੰਚਿਆ ਤਾਂ ਅੱਗੇ ਦਫ਼ਤਰ ਤੱਕ ਕਲਰਕ ਦੌੜਿਆ ਮੇਰੇ ਕੋਲ ਆਇਆ ਅਤੇ ਕਹਿੰਦਾ, ਸਰ ਤੁਹਾਡੀ ਅੰਮ੍ਰਿਤਸਰ ਤੋਂ ਕਾਲ ਹੈ। ਉਸ ਵਕਤ ਮੋਬਾਈਲ ਨਹੀਂ ਹੁੰਦੇ ਸਨ। ਮੈਂ ਟੈਲੀਫੋਨ ਉੱਪਰ ਬੋਲਿਆ ਤਾਂ ਦੂਸਰੇ ਪਾਸੇ ਆਪ ਬਾਬਾ ਜੀ ਗੱਲ ਕਰ ਰਹੇ ਸਨ। ਉਹਨਾਂ ਨੇ ਕਿਵੇਂ ਕਾਲ ਲਿਆ ਮੈਨੂੰ ਅੱਜ ਤੱਕ ਸਮਝ ਨਹੀਂ ਆਉਂਦਾ ਕਿ ਮੇਰਾ ਦਿੱਲੀ ਦਾ ਨੰਬਰ ਉਹਨਾਂ ਨੂੰ ਕਿੱਥੋਂ ਮਿਲਿਆ ਅਤੇ ਮੇਰਾ ਪੁਰਾਣੀ ਪੋਸਟਿੰਗ ਵਾਲੀ ਜਗ੍ਹਾ 'ਤੇ ਉਸੇ ਟਾਈਮ ਹੋਣ ਦਾ ਉਹਨਾਂ ਨੂੰ ਕਿੱਥੋਂ ਪਤਾ ਲੱਗਾ। ਬਾਬਾ ਜੀ ਦੀ ਆਵਾਜ਼ ਸੁਣ ਕੇ ਮੈਂ ਆਪਣੇ ਆਪ 'ਤੇ ਕੰਟਰੋਲ ਨਹੀਂ ਕਰ ਸਕਿਆ, ਮੇਰੀਆਂ ਭੁੱਬਾਂ ਨਿਕਲ ਗਈਆਂ। ਮੈਂ ਬਾਬਾ ਜੀ ਨੂੰ ਸਾਫ਼ ਸਾਫ਼ ਲਫ਼ਜ਼ਾਂ ਵਿੱਚ ਬੇਨਤੀ ਕੀਤੀ ਕਿ ਬਾਬਾ ਜੀ, ਬੱਚੀ ਦੀ ਤਕਲੀਫ ਝੱਲਣੀ ਮੇਰੇ ਵੱਸ ਦਾ ਰੋਗ ਨਹੀਂ ਹੈ। ਮੇਰੀ ਹਾਲਤ ਬਹੁਤ ਬੁਰੀ ਸੀ, ਮੈਂ ਤਾਂ ਬੋਲਿਆ ਵੀ ਨਹੀਂ ਜਾਂਦਾ ਸੀ। ਖੈਰ ਬਾਬਾ ਜੀ ਨੇ ਮੈਨੂੰ ਬਹੁਤ ਧਰਵਾਸ ਦਿਲਾਇਆ ਅਤੇ ਕਿਹਾ ਕਿ ਪੁੱਤ ਤਕੜੇ ਹੋਵੋ, ਦਿਲ ਨਾ ਛੱਡੋ, ਅਤੇ ਬੜੇ ਡਰਾਮੇ ਵਿੱਚ ਆ ਕੇ ਕਹਿੰਦੇ ਕਿ ਪੁੱਤ ਸੁਣ, ਦੁੱਖ ਪੰਜਨ ਤੇਰਾ ਨਾਮ ਜੀ, ਦੁੱਖ ਪੰਜਨ ਤੇਰਾ ਨਾਮ, ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ ਰਹਾਉ, ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ, ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ, ਸੇਵਾ ਸੁਰਤ ਨ ਜਾਣੀਐ ਨਾ ਜਪੈ ਆਰਾਧ, ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਧ, ਭਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ, ਤੱਤੀ ਵਾਓ ਨਾ ਲਗਈ ਸਤਿਗੁਰ ਰੱਖੇ ਆਪ,
गुर नारायण दयो गुर, गुर सच्चा सृजनहार, गुर तुट सब किच पाया, जन नानक सद बलिहार। बाबा जी ने गौड़ी राग का यह पूरा शब्द सुनाया। शब्द सुन के मैनू अचानक बहुत ही धरवास हो गया कि बाबा जी आपे बच्ची का दुख हरणगे। बच्ची के सिर का ऑपरेशन होया। सर्जन ऑपरेशन उपरंत पहली गल मैनू अंग्रेजी विच कहिंदा, यू मस्ट बी प्रिपेयर टू लूज द चाइल्ड, यानी कि मैनू इस बच्ची के परलोक सुधारण लई हर हालत में तैयार होना पवेगा। डॉक्टर वालों इस सूचना ने मेरे लिए संसार में कुप हनेरा ले आंदा। मैनू मेरे साथी ने पानी वगैरह पिला के शांत किया, क्योंकि मैनू यह बच्ची दुनिया में सब नालों ज़्यादा प्यारी सी। मेरा दिल यह अटल सच्चाई मनन तो इनकारी सी। मैनू डॉक्टर ने यह भी चेतावनी दी कि जे तेरी यही हालत रही तो बच्ची तो पहला तू मर जाएगा। नाल दी नाल मैनू यह भी दसिया कि बच्ची के ट्यूमर की स्थिति इन्नी खतरनाक जगह पर है कि बच्ची का अंत बहुत ही दुखदाई होगा। यह सब कुछ सुन के मैं होर घबरा जाता सी। मेरी आस केवल तो केवल बाबा जी सन। मेरी अरदास बाबा जी के चरणों में ही होंदी सी। मैं व्यक्तिगत रूप में बाबा जी के चरणों में आके भी बेनती की। बाबा जी ने हमेशा मैनू हौसला दिता अते कहा कि पुत दिल ना छड्डो, नाम जपो, नाम में बहुत शक्तियां हैं। अंत में एक बार एक बड़ी विचित्र सूचना सब नाल सांझी करना चाहता हाँ कि बच्ची एक दिन मैनू कहती कि डैडी लाइट ऑफ कर दियो। मैं हैरान हो गया क्योंकि वह आम करके लाइट जगती जगती मेरे मोढ़े उपर सिर रख के सौ जाती सी। उस उपरंत लाइट बंद करते सी। लाइट बंद करन मगरों बड़े प्यार नाल अपने निक्के निक्के हत्थां नाल मेरा मूँह पलोस के कहती, डैडी मैनू कोई तकलीफ नहीं है, मेरा कुछ नहीं दुखता, तुसीं मैनू देख के रो पैंदे हो, मैनू थानू रोंदिया नू देख के तकलीफ हुंदी है, मैनू चंगा नहीं लगता। उसकी यह भावना भरी गल सुन के मैं तो चलिया नहीं गया अते मैं उसनू घुट के अपनी छाती नाल ला लिया। फिर उसने मैनू दसिया कि डैडी अपने बाबा जी बहुत चंगे हैं, वह हमेशा अपने नाल रहिंदे हन। इन्नी छोटी बच्ची तो यह गल सुन के मैनू यकीन हो गया कि डॉक्टर एवें मैनू डराउंदे हन, इस बच्ची नू कोई तकलीफ नहीं है। समा पा के हस्पताल विच देहरादून ही वह बच्ची सानू हमेशा लिए विछोड़ा देगी। मैं इत्थे एक गल विशेष लिखना चाहता हाँ कि ऑपरेशन होने तो लैके शरीर छड्डण तक तकरीबन 2 साल के समय में मैं उस शेर बच्ची के मूँह तो एक वेर भी हाई लफ्ज़ या कोई होर आवाज़ जिस तो प्रतीत होवे कि इसका कुछ दुखता है नहीं सुनिया। ये करिश्मा सी बाबा जी का टैली उपन गुरबाणी का शब्द, दुख भंजन तेरा नाम जी, दुख भंजन तेरा नाम बख्शिश करण कारण। इस संबंध में एक होर लिखण जो घटना है, परलोक सुधारण उपरंत बच्ची का संस्कार असी राय वाला दरिया गंगा के किनारे किया। उत्थे कोई शमशान घाट नहीं सी। संस्कार तो कुछ महीने मगरों बाबा जी राय वाला विखे चरण पाए। बाबा जी के जाने समय दास भी बाबा जी की गड्डी विच बैठ गया कि बाबा जी के नाल थोड़ी दूर तक जाके विदायगी करावां। मैं अपनी गड्डी के ड्राइवर नूं पिछे पिछे आउण लई कहा। बाबा जी की गड्डी जदों उस जगह पासों लंघी जिथे बच्ची का संस्कार किया सी, तां बाबा जी एकदम मेरे वल संबोधित होकर पुछण लगे, रिंकू का संस्कार इतने किया सी? मैं तो हैरान ही हो गया कि बाबा जी नूं किवें पता है। मैं किरतक हो गया कि जदों बाबा जी नूं यह पता है कि बच्ची का संस्कार इतने होया सी तां साडा उस लई फिक्र करना जां विराग करना योग नहीं। इस समर्थ हाल इन्हां सब संभाल कर ली है। उस दिन तो सचमुच बच्ची वालों मैनू सब चिंतावां निवर्त हो गई। बाबा जी अपने सेवकों के दुख अपने शरीर उपर हंडा लेंदे सन, पर सेवकों नूं कदे गल महसूस नहीं सन होण दिंदे। एक छोटी जिही घटना लिखण योग है। मेरी घरवाली ने बाबा जी तो आग्या लैके अक्खां दा ऑपरेशन करवा लिया। हुण तां टैक्नोलॉजी बहुत उत्तम हो गई है। उस समय ऑपरेशन विच इन्ने सुखावे नहीं सन। मेरी घरवाली दे ऑपरेशन मगरों उसनू एक दिन भी जरा जिनी भी तकलीफ नहीं हुई। बाबा जी बगैर किसी वजह तो उन्ने दिन अपनी अखा उपर टकोर ही करते रहे। ऑपरेशन तो मगरों असी बाबा जी के दर्शनों गए तो मेरे घरवाली तो पुछण लगे, लोई तेरिया अखा का की हाल है? बाबा जी उसनू प्यार नाल लोई आके संबोधन कर देंदे सन। उस बेचारी ने सह सुभा सादगी नाल कहा कि बाबा जी मैनू तो पता ही नहीं लगा कि ऑपरेशन करवाया। बाबा जी हस पे तो कहते, पुत्रा प्यो दियां अखां उपर तां फुंबे ही बनाई रखे,
ਐਸੇ ਦਿਆਲੂ ਸਨ ਕਿ ਸੇਵਕਾਂ ਦੇ ਦੁੱਖੜੇ ਆਪਣੇ ਸਰੀਰ ਉੱਪਰ ਝੱਲ ਲੈਂਦੇ ਸਨ। ਅੰਤ ਵਿੱਚ ਮੈਂ ਬਾਬਾ ਜੀ ਦੀ ਸੰਗਤ ਵਿੱਚੋਂ ਜੋ ਜੋ ਗੱਲਾਂ ਜਿਨ੍ਹਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਸੰਗਤ ਨਾਲ ਸਾਂਝੀਆਂ ਕਰਨ ਲਈ ਜਾ ਚੁੱਕਾ ਹਾਂ। ਪਹਿਲੀ ਮੁਲਾਕਾਤ ਤੋਂ ਅੰਤ ਸਮੇਂ ਤੱਕ ਬਾਬਾ ਜੀ ਦੇ ਨਾਲ ਜਦੋਂ ਜਦੋਂ ਵੀ ਸੰਗਤ ਦਾ ਸੁਭਾਗ ਪ੍ਰਾਪਤ ਹੋਇਆ ਉਹਨਾਂ ਨੂੰ ਮੈਂ ਕਦੀ ਇੱਕ ਵਾਰੀ ਵੀ ਅੰਮ੍ਰਿਤ ਵੇਲਾ ਖੁੰਝਾਇਆ ਨਹੀਂ ਦੇਖਿਆ। ਸਰੀਰ ਢਿੱਲਾ ਵੀ ਹੋਵੇ ਅੰਮ੍ਰਿਤ ਵੇਲਾ ਨਹੀਂ ਖਜਾਉਂਦੇ ਸਨ। ਜੋ ਵਚਨ ਵੀ ਹੈ, ਚੌਥਾ ਪੈਰ ਸੁਭਾਗ ਹੈ ਸੁਰਤਿਆ ਉਪਜੈ ਚਾਓ ਤਿਨਾ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾਓ। ਇੱਕ ਵਾਰ ਅਸੀਂ ਦਿੱਲੀ ਤੋਂ ਵਾਪਸੀ ਸਮੇਂ ਬਹੁਤ ਲੇਟ ਹੋ ਗਏ। ਪ੍ਰਸ਼ਾਦਾ ਛਕ ਕੇ ਸੌਂਦਿਆਂ ਨੂੰ 12:30 ਵੱਜ ਗਏ। ਬਾਬਾ ਜੀ ਹਰ ਰੋਜ਼ ਦੀ ਤਰ੍ਹਾਂ ਉਸ ਦਿਨ ਵੀ 2 ਵਜੇ ਤੜਕੇ ਉੱਠ ਪਏ ਅਤੇ ਇਸ਼ਨਾਨ ਕਰਕੇ ਆਪਣੇ ਕਮਰੇ ਦੀ ਕੁੰਡੀ ਮਾਰ ਕੇ ਸਿਮਰਨ ਵਿੱਚ ਜੁੜ ਗਏ। ਜਿਉਂ ਵਚਨ ਵੀ ਹੈ, ਚੌਥਾ ਪਹਿਰ ਭਇਆ ਦੌ ਬਿਹਾਗੈ ਰਾਮ ਤਿੰਨ ਘਰ ਰਾਖਿਆੜਾ ਜੋ ਅੜ ਦਿਨ ਜਾਗੈ ਰਾਮ। ਗੁਰਮੂਛ ਜਾਗੇ ਨਾਮ ਲਾਗੇ ਤਿਨਾ ਰਹਿਣ ਸੁਹੇਲੀਆਂ ਗੁਰ ਸ਼ਬਦ ਕਮਾਵੈ ਜਨਮ ਨ ਆਵੈ ਤਿਨਾ ਹਰ ਪ੍ਰਭ ਬੇਲੀਆਂ। ਦੂਸਰੀ, ਮੇਰੇ ਦਿਲ ਵਿੱਚ ਬੜੀ ਚੰਚਲਤਾ ਹੀ ਕਹਿ ਲਓ ਜਾਂ ਚਲਾਕੀ ਕਹਿ ਲਓ ਸੀ ਕਿ ਮੈਨੂੰ ਕੁਝ ਕਰਨ ਦੀ ਲੋੜ ਨਹੀਂ, ਬਾਬਾ ਜੀ ਆਪੇ ਮੇਰੇ ਲਿਖੇ ਸਾਂਭ ਲੈਣਗੇ ਕਿਉਂਕਿ ਮੈਂ ਇਹਨਾਂ ਦੀ ਸ਼ਰਨ ਵਿੱਚ ਹਾਂ। ਬਾਬਾ ਜੀ ਨੇ ਮੇਰੀ ਇਹ ਚਤਰਾਲੀ ਵਾਲੀ ਭਾਵਨਾ ਭਾਂਤ ਲਈ ਹੋਵੇਗੀ। ਜੀਵਨ ਵਿੱਚ ਮੈਨੂੰ ਯਾਦ ਹੈ ਕਿ ਘੱਟ ਤੋਂ ਘੱਟ 3-4 ਵਾਰੀ ਬਿਲਕੁਲ ਇਕੱਲੇ ਹੋਣ ਸਮੇਂ ਬਚਨ ਕੀਤੇ ਪੁੱਤਰਾ, ਮਹਾਂਪੁਰਖ ਆਪਣੇ ਸੰਗੀਆਂ ਨੂੰ ਸੇਧ ਦਿੰਦੇ ਰਹਿੰਦੇ ਹਨ, ਉਹਨਾਂ ਦੇ ਦੁੱਖੜੇ ਵੀ ਝੱਲਦੇ ਹਨ, ਉਹਨਾਂ ਦੇ ਕੁਕਰਮ ਵੀ ਆਪਣੇ ਸਿਰ ਲੈ ਲੈਂਦੇ ਹਨ। ਪਰ ਪੁੱਤਰਾ, ਮੈਂ ਇੱਕ ਗੱਲ ਤੈਨੂੰ ਸਾਫ਼ ਸਾਫ਼ ਦੱਸਣੀ ਚਾਹੁੰਦਾ ਹਾਂ ਕਿ ਸਿਮਰਨ ਦੀ ਕਮਾਈ ਹਰ ਜੀਵ ਨੂੰ ਆਪਣੀ ਆਪ ਹੀ ਕਰਨੀ ਪੈਂਦੀ ਹੈ, ਇਸ ਬਿਨਾਂ ਛੁਟਕਾਰਾ ਨਹੀਂ ਹੋ ਸਕਦਾ। ਇਹੋ ਹਰ ਤਨ ਜੀਐ ਸਿਧੀ ਰਵ ਰਿਆ ਜੀਐ ਨਾਲੇ ਜਾਏ। ਇਸੇ ਕਾਰਨ ਨਾਮ ਜਪਣ ਅਤੇ ਸਿਮਰਨ ਉੱਪਰ ਬਹੁਤ ਹੀ ਜ਼ੋਰ ਦਿੰਦੇ ਸਨ ਅਤੇ ਵਾਰ ਵਾਰ ਉਪਦੇਸ਼ਦੇ ਸਨ ਕਿ ਨਾਮ ਜਪੋ, ਨਾਮ ਜਪੋ, ਨਾਮ ਜਪੋ ਮੇਰੇ ਸਾਜਨ ਸੈਣਾ, ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡਾ ਭਾਗ ਗੁਰਮੁਖ ਹਰ ਲੈਣਾ। ਤੀਸਰੀ, ਬਾਬਾ ਜੀ ਬਾਣੀ ਦਾ ਸਤਿਕਾਰ ਬਹੁਤ ਹੀ ਜ਼ਿਆਦਾ ਕਰਦੇ ਸਨ। ਗੁਰੂ ਮਹਾਰਾਜ ਜੀ ਦੇ ਸਰੂਪ ਦਾ ਆਦਰ ਪ੍ਰਤੱਖ ਹਰ ਸਮਾਨ ਕਰਦੇ ਸਨ ਅਤੇ ਸੇਵਕਾਂ ਨੂੰ ਵੀ ਕਹਿੰਦੇ ਸਨ ਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਸ ਜੇਵ ਜੇ ਅਵਰ ਨਾ ਕੋਏ। ਚੌਥੇ, ਬਾਬਾ ਜੀ ਜਿੰਨਾ ਕੁਛ ਲੰਗਰ ਦੀ ਚੜ੍ਹਾਈ ਚੜ੍ਹਦੀ ਕਲਾ ਦੇਖ ਕੇ ਹੁੰਦੇ ਸਨ, ਇੰਨਾ ਹੋਰ ਕਿਸੇ ਪੱਖੋਂ ਨਹੀਂ ਸਨ ਹੁੰਦੇ। ਉਹ ਜਿੱਥੇ ਵੀ ਜਾਂਦੇ ਸਨ ਲੰਗਰ ਜ਼ਰੂਰ ਲਗਾਉਂਦੇ ਸਨ। ਇੱਕ ਦਫ਼ਾ ਸ਼੍ਰੀਨਗਰ ਮੈਨੂੰ ਯਾਦ ਹੈ ਕਿ ਬਾਬਾ ਜੀ ਮੇਰੀ ਘਰਵਾਲੀ ਨੂੰ ਕਹਿੰਦੇ, ਲੋਈ ਪੁੱਤ ਅੱਜ ਗੁੜ ਦੇ ਕੜਾਹ ਦਾ ਲੰਗਰ ਚਲਾਈਏ। ਮੇਰੇ ਘਰਵਾਲੀ ਕਹਿੰਦੀ, ਬਾਬਾ ਜੀ ਇੱਥੇ ਇਲਾਕੇ ਵਿੱਚ ਆਂਢ ਗੁਆਂਢ ਸਾਰੇ ਮੁਸਲਮਾਨਾਂ ਦੀ ਵਸੋਂ ਹੈ, ਇਹ ਪਤਾ ਨਹੀਂ ਆਪਣਾ ਲੰਗਰ ਛਕਣਗੇ ਕਿ ਨਹੀਂ। ਬਾਬਾ ਜੀ ਨੇ ਪ੍ਰਸ਼ਨ ਕੀਤਾ, ਪੁੱਤ ਆਪਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ 'ਤੇ ਲੰਗਰ ਦੀ ਸੇਵਾ ਕਰਨੀ ਹੈ, ਲੋਈ ਜੇ ਕੋਈ ਨਾ ਆਇਆ ਤਾਂ ਆਪਾਂ ਰੱਜ ਕੇ ਗੱਫੇ ਲਾਵਾਂਗੇ। ਗੁੜ ਦੇ ਕਰਾਹ ਦਾ ਇੱਕ ਵੱਡਾ ਟੱਬ ਤਿਆਰ ਕਰਵਾ ਲਿਆ ਅਤੇ ਮੇਰੇ ਮਕਾਨ ਮਾਲਕ ਨੂੰ ਕਹਿਣ ਲੱਗੇ, ਭਾਈ ਸਾਹਿਬ ਆਪ ਆਪਣੇ ਲੋਕੋਂ ਕੋ ਬਤਾਏ ਕਿ ਗੁੜ ਕਾ ਪ੍ਰਸ਼ਾਦ ਛਕੇ। ਮੇਰੇ ਮਕਾਨ ਮਾਲਕ ਨੇ ਆਂਢ ਗੁਆਂਢ ਅਤੇ ਜਿਹੜੇ ਲੋਕ ਕਿਸ਼ਤੀਆਂ ਵਿੱਚ ਦਰਿਆ ਜ਼ਿਲ੍ਹੇ ਵਿੱਚ ਰਹਿੰਦੇ ਸਨ ਉਹਨਾਂ ਨੂੰ ਦੱਸਿਆ ਕਿ ਇਸ ਘਰ ਮੈਂ ਆਪਕੋ ਦਾਵਤ ਹੈ। ਬਸ ਫਿਰ ਕੀ ਸੀ, ਸਵੇਰੇ 10 ਵਜੇ ਤੋਂ ਸ਼ਾਮੀ 4-5 ਵਜੇ ਤੱਕ ਲੋਕਾਂ ਨੇ ਵਹੀਰਾਂ ਕੱਦੀ ਰੱਖੀਆਂ। ਲੋਹੀ ਵਿਚਾਰੀ ਨੂੰ ਫਿਕਰ ਪੈ ਗਿਆ ਕਿ ਇੰਨੀ ਸੰਗਤ ਨੂੰ ਕੜਾਹ ਪੂਰਾ ਕਿਵੇਂ ਹੋਵੇਗਾ। ਬਾਬਾ ਜੀ ਕੜਾਹ ਵਾਲੇ ਟੱਬ ਕੋਲ ਵਿਰਾਜ ਗਏ ਅਤੇ ਵਰਤਾਵੇ ਨੂੰ ਕਿਹਾ, ਭਾਈ ਟੱਬ ਉੱਪਰੋਂ ਕੱਪੜਾ ਨਹੀਂ ਉਤਾਰਨਾ ਅਤੇ ਧੰਨ ਗੁਰੂ ਨਾਨਕ ਜਪਦੇ ਵੰਡੀ ਚਲੋ। ਬਸ ਫਿਰ ਕੀ ਸੀ, ਤੁਸੀਂ ਆਪੋ ਸਮਝ ਕੇ ਹੋਵੋਗੇ ਕਿ ਟੋਟ ਨਾ ਆਵੇ ਵਧਦੋ ਜਾਈ ਵਾਲੀ ਦਸ਼ਾ ਵਾਪਰ ਹੀ ਰਹੀ ਅਤੇ ਸਮਾਪਤੀ ਉਪਰੰਤ ਅਸੀਂ ਵੀ ਰੱਜ ਕੇ ਗੱਫੇ ਲਾਏ। ਬਾਬਾ ਜੀ ਦਾ ਚਿਹਰਾ ਦੇਖਣਾ ਹੀ ਬਣਦਾ ਸੀ, ਦਗ ਦਗ ਦਾ ਰੂਪ ਅਤੇ ਪ੍ਰਸੰਨ ਸਨ। ਉਸ ਦਿਨ ਸ਼ਾਮ ਨੂੰ ਵਚਨ ਕੀਤਾ, ਪੁੱਤਰ ਅਸੀਂ ਤੁਰੋ ਲੰਗਰ ਦੀ ਹੀ ਡਿਊਟੀ ਲੈ ਕੇ ਆਏ ਹਾਂ। ਇਸ ਤਰ੍ਹਾਂ ਬਾਬਾ ਜੀ ਨਾਲ ਪਰਸਪਰ ਵਿਚਰਨ ਦਾ ਬੜਾ ਸੁਭਾਗ ਪ੍ਰਾਪਤ ਹੋਇਆ। ਉਹਨਾਂ ਦਇਆ ਕਰਕੇ ਆਪਣੇ ਨਾਲ ਜੋੜੀ ਰੱਖਿਆ ਅਤੇ ਗੁਰਬਾਣੀ ਪੜ੍ਹਨ ਸਿਮਰਨ ਕਰਨ ਦਾ ਹੀ ਉਪਦੇਸ਼ ਦਿੱਤਾ। ਇਤਨੀ ਸੇਵਾ ਪ੍ਰਵਾਨ ਕਰਿਓ, ਭੁੱਲਾਂ ਬਖਸ਼ ਲੈਣੀਆਂ, ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।